ਬਿਜਲੀ ਦੇ ਮੀਟਰਾਂ ਦੇ ਵਿੱਚੋਂ ਜ਼ੋਰਦਾਰ ਧਮਾਕੇ ਹੋਏ ਨੇ, ਦੂਰ ਦੂਰ ਤੱਕ ਆਵਾਜ਼ ਸੁਣੀ ਗਈ ਹੈ। ਪੂਰਾ ਇਲਾਕਾ ਦਹਿਲ ਗਿਆ ਔਰ ਇਸ ਇਲਾਕੇ ਦੀ ਬੱਤੀ ਗੁੱਲ ਹੋ ਗਈ। ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਬਿਜਲੀ ਦੇ ਮੀਟਰਾਂ ਦੇ ਬਾਕਸ ਨੂੰ ਭਿਆਨਕ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਿਆ, ਪਰ ਲੋਕ ਦਹਿਲ ਚੁੱਕੇ ਨੇ। ਹਾਲਾਂਕਿ ਲੋਕਾਂ ਦੀਆਂ ਕਾਰਾਂ ਗਲੀ ਦੇ ਵਿੱਚ ਖੜੀਆਂ ਹੋਈਆਂ ਸੀ, ਗਣੀਮਤ ਰਹੀ ਕਿ ਉਹਨਾਂ ਦਾ ਬਚਾ ਰਿਹਾ, ਪਰ ਜ਼ਬਰਦਸਤ ਧਮਾਕਿਆਂ ਦੇ ਨਾਲ ਪੂਰਾ ਇਲਾਕਾ ਦਹਿਲ ਗਿਆ। ਅੱਗ ਲੱਗਣ ਦੇ ਨਾਲ ਕੋਈ ਵੱਡਾ ਹਾਦਸਾ ਟਲ ਗਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਵੀ ਖੜੀਆਂ ਹੋਈਆਂ ਨੇ ਔਰ ਇੱਥੇ ਘਰ ਵੀ ਨੇ ਜੋ ਅੱਗ ਦੀ ਲਪੇਟ ਵਿੱਚ ਆ ਜਾਣੇ ਸੀ। ਗਣੀਮਤ ਰਹੀ ਕਿ ਉਹਨਾਂ ਦਾ ਬਚਾ ਰਿਹਾ। ਤਾਂ ਬਿਜਲੀ ਦੇ ਮੀਟਰਾਂ ਦੇ ਵਿੱਚ ਜ਼ੋਰਦਾਰ ਧਮਾਕੇ ਹੋਏ ਨੇ, ਬਿਜਲੀ ਦੀਆਂ ਤਾਰਾਂ ਸੜਕੇ ਸਵਾਹ ਹੋ ਚੁੱਕੀਆਂ ਨੇ, ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੇ ਵਿੱਚ ਬੱਤੀ ਗੁੱਲ ਹੋ ਗਈ, ਤੜਕਸਾਰ ਦੀਆਂ ਤਸਵੀਰਾਂ ਨੇ। ਹਾਲਾਂਕਿ ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਦਾ ਪਤਾ ਕੀਤਾ ਜਾ ਰਿਹਾ। ਬਿਜਲੀ ਦੇ ਮੀਟਰਾਂ ਦੇ ਵਿੱਚੋਂ ਜ਼ੋਰਦਾਰ ਧਮਾਕੇ ਹੋਏ ਨੇ, ਦੂਰ ਦੂਰ ਤੱਕ ਆਵਾਜ਼ ਸੁਣੀ ਗਈ ਹੈ। ਪੂਰਾ ਇਲਾਕਾ ਦਹਿਲ ਗਿਆ ਔਰ ਇਸ ਇਲਾਕੇ ਦੀ ਬੱਤੀ ਗੁੱਲ ਹੋ ਗਈ। ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਬਿਜਲੀ ਦੇ ਮੀਟਰਾਂ ਦੇ ਬਾਕਸ ਨੂੰ ਭਿਆਨਕ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਿਆ, ਪਰ ਲੋਕ ਦਹਿਲ ਚੁੱਕੇ ਨੇ। ਹਾਲਾਂਕਿ ਲੋਕਾਂ ਦੀਆਂ ਕਾਰਾਂ ਗਲੀ ਦੇ ਵਿੱਚ ਖੜੀਆਂ ਹੋਈਆਂ ਸੀ, ਗਣੀਮਤ ਰਹੀ ਕਿ ਉਹਨਾਂ ਦਾ ਬਚਾ ਰਿਹਾ, ਪਰ ਜ਼ਬਰਦਸਤ ਧਮਾਕਿਆਂ ਦੇ ਨਾਲ ਪੂਰਾ ਇਲਾਕਾ ਦਹਿਲ ਗਿਆ। ਅੱਗ ਲੱਗਣ ਦੇ ਨਾਲ ਕੋਈ ਵੱਡਾ ਹਾਦਸਾ ਟਲ ਗਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਵੀ ਖੜੀਆਂ ਹੋਈਆਂ ਨੇ ਔਰ ਇੱਥੇ ਘਰ ਵੀ ਨੇ ਜੋ ਅੱਗ ਦੀ ਲਪੇਟ ਵਿੱਚ ਆ ਜਾਣੇ ਸੀ, ਗਣੀਮਤ ਰਹੀ ਕਿ ਉਹਨਾਂ ਦਾ ਬਚਾ ਰਿਹਾ। ਤਾਂ ਬਿਜਲੀ ਦੇ ਮੀਟਰਾਂ ਦੇ ਵਿੱਚ ਜ਼ੋਰਦਾਰ ਧਮਾਕੇ ਹੋਏ ਨੇ, ਬਿਜਲੀ ਦੀਆਂ ਤਾਰਾਂ ਸੜਕੇ ਸਵਾਹ ਹੋ ਚੁੱਕੀਆਂ ਨੇ, ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੇ ਵਿੱਚ ਬੱਤੀ ਗੁੱਲ ਹੋ ਗਈ, ਤੜਕਸਾਰ ਦੀਆਂ ਤਸਵੀਰਾਂ ਨੇ। ਹਾਲਾਂਕਿ ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਦਾ ਪਤਾ ਕੀਤਾ ਜਾ ਰਿਹਾ। ਬਿਜਲੀ ਦੇ ਮੀਟਰਾਂ ਦੇ ਵਿੱਚੋਂ ਜ਼ੋਰਦਾਰ ਧਮਾਕੇ ਹੋਏ ਨੇ, ਦੂਰ ਦੂਰ ਤੱਕ ਆਵਾਜ਼ ਸੁਣੀ ਗਈ ਹੈ। ਪੂਰਾ ਇਲਾਕਾ ਦਹਿਲ ਗਿਆ ਔਰ ਇਸ ਇਲਾਕੇ ਦੀ ਬੱਤੀ ਗੁੱਲ ਹੋ ਗਈ। ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੜਕਸਾਰ ਬਿਜਲੀ ਦੇ ਮੀਟਰਾਂ ਦੇ ਬਾਕਸ ਨੂੰ ਭਿਆਨਕ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਿਆ, ਪਰ ਲੋਕ ਦਹਿਲ ਚੁੱਕੇ ਨੇ। ਹਾਲਾਂਕਿ ਲੋਕਾਂ ਦੀਆਂ ਕਾਰਾਂ ਗਲੀ ਦੇ ਵਿੱਚ ਖੜੀਆਂ ਹੋਈਆਂ ਸੀ, ਗਣੀਮਤ ਰਹੀ ਕਿ ਉਹਨਾਂ ਦਾ ਬਚਾ ਰਿਹਾ, ਪਰ ਜ਼ਬਰਦਸਤ ਧਮਾਕਿਆਂ ਦੇ ਨਾਲ ਪੂਰਾ ਇਲਾਕਾ ਦਹਿਲ ਗਿਆ। ਅੱਗ ਲੱਗਣ ਦੇ ਨਾਲ ਕੋਈ ਵੱਡਾ ਹਾਦਸਾ ਟਲ ਗਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਵੀ ਖੜੀਆਂ ਹੋਈਆਂ ਨੇ ਔਰ ਇੱਥੇ ਘਰ ਵੀ ਨੇ ਜੋ ਅੱਗ ਦੀ ਲਪੇਟ ਵਿੱਚ ਆ ਜਾਣੇ ਸੀ, ਗਣੀਮਤ ਰਹੀ ਕਿ ਉਹਨਾਂ ਦਾ ਬਚਾ ਰਿਹਾ। ਤਾਂ ਬਿਜਲੀ ਦੇ ਮੀਟਰਾਂ ਦੇ ਵਿੱਚ ਜ਼ੋਰਦਾਰ ਧਮਾਕੇ ਹੋਏ ਨੇ, ਬਿਜਲੀ ਦੀਆਂ ਤਾਰਾਂ ਸੜਕੇ ਸਵਾਹ ਹੋ ਚੁੱਕੀਆਂ ਨੇ, ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੇ ਵਿੱਚ ਬੱਤੀ ਗੁੱਲ ਹੋ ਗਈ, ਤੜਕਸਾਰ ਦੀਆਂ ਤਸਵੀਰਾਂ ਨੇ। ਹਾਲਾਂਕਿ ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ ਇਸ ਦਾ
ਪਤਾ ਕੀਤਾ ਜਾ ਰਿਹਾ।